ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੁਸਾਫਰ ਕਿਸੇ ਪਿੰਡ ਵਿੱਚ ਆਇਆ ਉਸ ਨੇ ਉਸ ਪਿੰਡ ਦੇ ਗੁਰਮੁਖ ਕੋਲੋਂ ਆਪਣੀ ਇਹ ਸ਼ੰਕਾ ਜ਼ਾਹਿਰ ਕੀਤੀ ਕਿ ਤੁਸੀਂ ਆਖਦੇ ਹੋ ਕਿ ਰੱਬ ਹੀ ਗਿਆਨ ਦੇ ਦਾਤਾ ਦੀ ਲੋੜ ਹੈ ਤੇ ਉਹ ਹਨ ਗੁਰੂ ਨਾਨਕ ਦੇਵ ਜੀ ਪਰ ਮੇਰਾ ਸਵਾਲ ਹੈ ਕਿਉਂ ਰੱਬ ਦੇ ਗਿਆਨ ਦੇ ਦਾਤਾ ਦੀ ਲੋੜ ਹੈ ਮੈਂ ਵੀ ਤਾਂ ਰੱਬ ਦਾ ਪੁੱਤਰ ਹਾਂ ਤੂੰ ਵੀ ਤਾਂ ਰੱਬ ਦਾ ਪੁੱਤਰ ਹੈਂ ਰੱਬ ਦਾ ਗਿਆਨ ਰਬ ਸਮ ਦ੍ਰਿਸ਼ਟੇ ਦਾ ਇੱਕੋ ਜਿਹਾ ਸਭ ਨੂੰ ਮਿਲਣਾ ਚਾਹੀਏ ਮੀ ਸਿੱਧਾ ਸਾਰੇ ਵਸਦਾ ਹੈ ਕਿਸੇ ਗੁਰੂ ਅਵਤਾਰ ਦੇ ذریعے ਨਹੀਂ ਲੱਭਦਾ ਕਿਉਂ ਉਸ ਦਾ ਗਿਆਨ ਮੀ ਵਾਂਗ ਨਹੀਂ ਵਸਦਾ ਕਿਉਂ ਮੈਂ ਵਿਰਵਾ ਹਾਂ ਤੇ ਗੁਰੂ ਨਾਨਕ ਸਰਵਾ ਸੋ ਇਸ ਸ਼ੰਕੇ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜੋ ਉਸ ਮੁਸਾਫਰ ਤੇ ਬਾਬੇ ਦੇ ਵਿੱਚ ਵਰਤਲਾਪ ਹੋਈ ਇਸ ਦਾ ਬੜੇ ਸੋਹਣੇ ਤਰੀਕੇ ਨਾਲ ਵਰਣਨ ਕੀਤਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮੁਸਾਫਰ ਪਰ ਮੈਂ ਗੱਲਾਂ ਅਜੇ ਸਮਝਣੀਆਂ ਹਨ ਕਿਉਂ ਰੱਬ ਦੇ ਗਿਆਨ ਦੇ ਦਾਤਾ ਦੀ ਲੋੜ ਹੈ ਬਾਬਾ ਤੁਸੀਂ ਸਮਝਦੇ ਹੋ ਕਿ ਸਾਰੇ ਦਿਲ ਜਾਂ ਦਿਮਾਗ ਇੱਕੋ ਜਿਹੇ ਚਾਨਣੇ ਨਹੀਂ ਜੋ ਗਿਆਨ ਕਿਸੇ ਤੋਂ ਮਿਲਦਾ ਹੈ ਉਹ ਦਿਲ ਦੀ ਸਫਾਈ ਮੂਜੋ ਵੀ ਮਹਿਲਾ ਕਸ ਮਹਿਲਾ ਸਾਫ ਤੇ ਨਿਰਮਲ ਹੁੰਦਾ ਹੈ ਵਾਯੂ ਗ੍ਰੂ ਦਾ ਗਿਆਨ ਬੜਾ ਉੱਚਾ ਹੈ ਬੜਾ ਬਰੀਕ ਹੈ ਬੜਾ ਸੂਖਮ ਹੈ ਆਮ ਹਿਰਦੇ ਆਮ ਦਿਮਾਗ ਸਾਧਾਰਨ ਅਕਲਾਂ ਉਸ ਨੂੰ ਅਨਭਵ ਨਹੀਂ ਕਰਦੀਆਂ ਜਿਨ੍ਹਾਂ ਕਿਸੇ ਦਾ ਦਿਲ ਘਟ ਚਾਨਣਾ ਹੋਵੇਗਾ ਉਹਨਾਂ ਰਬੀ ਚਾਨਣੇ ਨੂੰ ਆਪਣਾ ਰੰਗ ਦੇਵੇਗਾ ਸੂਰਜ ਦਾ ਚਿੱਟਾ ਚਾਨਣਾ ਲਾਲ ਪੀਲੇ ਨੀਲੇ ਕਸਮਹਲੇ ਸ਼ੀਸ਼ੇ ਵਿੱਚੋਂ ਲੰਘ ਕੇ ਚਿੱਟਾ ਚਾਨਣਾ ਨਹੀਂ ਦਿੰਦਾ ਨਿਰੋਲ ਨਿਰਮਲ ਸ਼ੀਸ਼ੇ ਵਿੱਚੋਂ ਚਾਨਣਾ ਲੰਘ ਕੇ ਚਿੱਟਾ ਸਾਫ਼ ਪੈਂਦਾ ਹੈ ਇਸੇ ਤਰ੍ਹਾਂ ਦਿਲ ਦਾ ਹਾਲ ਹੈ ਜਦ ਕਿਸੇ ਆਤਮਾ ਵਿੱਚ ਵਾਹਿਗੁਰੂ ਦੇ ਗਿਆਨ ਦਾ ਚਾਨਣਾ ਪੈਂਦਾ ਹੈ ਤਾਂ ਅਗੋਂ ਜਦ ਉਸ ਦੇ ਦਿਲ ਥਾਣੀ ਲੰਘਦਾ ਹੈ ਮਨੁੱਖਾਂ ਦੀ ਸਮਝ ਦੀ ਸ਼ਕਲ ਦਾ ਬਣ ਕੇ ਉਸ ਦੀ ਜੀਬ ਦੁਆਰਾ ਨਿਕਲਦਾ ਹੈ ਤਾਂ ਦਿਲ ਦੇ ਰੰਗ ਨੂੰ ਨਾਲ ਲੈ ਲੈਂਦਾ ਹੈ ਤਾਂ ਤੇ ਉਹ ਨਿਰੋਲ ਨਹੀਂ ਕਹੀਦਾ ਬਹੁਤ ਜ਼ਰੂਰੀ ਨੁਕਤਾ ਹੈ ਫਿਰ ਦੁਹਰਾ ਦਈਏ ਸੂਰਜ ਦਾ ਚਿੱਟਾ ਚਾਨਣਾ ਲਾਲ ਪੀਲੇ ਨੀਲੇ ਕਸਮੈਲੇ ਸ਼ੀਸ਼ੇ ਵਿੱਚੋਂ ਲੰਘ ਕੇ ਚਿੱਟਾ ਚਾਨਣਾ ਨਹੀਂ ਦਿੰਦਾ ਨਿਰੋਲ ਨਿਰਮਲ ਸ਼ੀਸ਼ੇ ਵਿੱਚੋਂ ਚਾਨਣਾ ਲੰਘ ਕੇ ਚਿੱਟਾ ਸਾਫ਼ ਪੈਂਦਾ ਹੈ ਇਸੇ ਤਰ੍ਹਾਂ ਦਿਲ ਦਾ ਹਾਲ ਹੈ ਜਦ ਕਿਸੇ ਆਤਮਾ ਵਿੱਚ ਵਾਹਿਗੁਰੂ ਦੇ ਗਿਆਨ ਦਾ ਚਾਨਣਾ ਪੈਂਦਾ ਹੈ ਤਾਂ ਅਗੋਂ ਜਦ ਉਸ ਦੇ ਦਿਲ ਥਾਣੀ ਲੰਗ ਮਨੁੱਖਾਂ ਦੀ ਸਮਝ ਦੀ ਸ਼ਕਲ ਦਾ ਬਣ ਕੇ ਉਸ ਦੀ ਜੀਬ ਦੁਆਰਾ ਨਿਕਲਦਾ ਹੈ ਤਾਂ ਦਿਲ ਦੇ ਰੰਗ ਨੂੰ ਨਾਲ ਲੈ ਲੈਂਦਾ ਹੈ ਤਾਂ ਤੇ ਉਹ ਨਿਰੋਲ ਨਹੀਂ ਕਹੀਦਾ ਇਸ ਲਈ ਲੋੜੀਂਦੀ ਗੱਲ ਤੇ ਜ਼ਰੂਰੀ ਜ਼ਰੂਰਤ ਇਹ ਬਣ ਗਈ ਹੈ ਕਿ ਦਿਲ ਐਸਾ ਨਿਰਮਲ ਹੋਵੇ ਕਿ ਜਦੋਂ ਰੱਬੀ ਗਿਆਨ ਉਸ ਵਿੱਚੋਂ ਲੰਘ ਕੇ ਮਨੁੱਖੀ ਸਮਝ ਗੋਚਰਾ ਹੋ ਕੇ ਨਿਕਲੇ ਤਾਂ ਨਿਰੋਲ ਹੋਵੇ ਸੋ ਰਬੀ ਗਿਆਨ ਦੇ ਅਨੁਭਾਉ ਕਰਨ ਲਈ ਤੇ ਅਗੋਂ ਉਸ ਨੂੰ ਨਿਰੋਲ ਰੂਪ ਵਿੱਚ ਦਾਨ ਕਰਨ ਲਈ ਨਿਰਮਲ ਪੂਰੇ ਪੂਰੇ ਨਿਰਮਲ ਉਕਾ ਹੀ ਸਾਫ ਚਿੱਤ ਤੇ ਸ਼ੀਸ਼ੇ ਵਰਗੇ ਹਿਰਦੇ ਦੀ ਲੋੜ ਹੈ। ਇਸੇ ਤਰ੍ਹਾਂ ਇੱਕ ਮਹਾਪੁਰਖ ਦੀ ਲੋੜ ਹੈ ਜਿਸ ਦਾ ਹਿਰਦਾ ਸ਼ੀਸ਼ੇ ਵਰਗਾ ਨਿਰਮਲ ਹੋਵੇ। ਗੁਰੂ ਦਾ ਦਰਜਾ ਜੋ ਅਸੀਂ ਆਪਣੇ ਸਤਿਗੁਰਾਂ ਨੂੰ ਦਿੰਦੇ ਹਾਂ ਉਹ ਮਨ ਦੀ ਨਿਰਮਲਤਾ ਦੀ ਪੂਰਨਤਾਈ ਕਰਕੇ ਤੇ ਗਿਆਨ-ਦਾਨ ਕਰਨ ਦੀ ਨਿਰਉਲਤਾਈ ਡਾੜੀ ਤੋਂ ਡਾੜੀ ਸੁਥਰੀ ਤੋਂ ਸੁਥਰੀ ਹੋਣ ਕਰਕੇ ਤੇ ਵਾਹਿਗੁਰੂ ਵੱਲੋਂ ਉਹ ਇਸ ਕੰਮ ਤੇ ਥਾਪੇ ਗਿਆ ਅਧਿਕਾਰਨਾ ਕਰਕੇ ਦਿੰਦੇ ਹਨ ਇਸ ਕਰਕੇ ਸਾਡਾ خیال ਹੈ ਕਿ ਰੱਬ ਦੇ ਗਿਆਨ ਨੂੰ ਜਿਉਂ ਕਾ ਤਿਉਂ ਆਪਣੇ ਹੌਂ ਦਾ ਕੋਈ ਰਲਾ ਨਾ ਪਾ ਕੇ ਦੇਣਹਾਰਾ ਜਿਸ ਨੂੰ ਅਸੀਂ ਗੁਰੂ ਆਖਿਆ ਹੈ ਵਾਹਿਗੁਰੂ ਵਾਂਗੂ ਹੀ ਜ਼ਰੂਰੀ ਹੈ ਤੇ ਐਸਾ ਵਜੂਦ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਦਸੋਂ ਸਰੂਪਾਂ ਵਿੱਚ ਹੋਇਆ ਹੈ ਮੁਸਾਫਰ ਮੈਂ ਵੀ ਤਾਂ ਰੱਬ ਦਾ ਪੁੱਤਰ ਹਾਂ ਤੂੰ ਵੀ ਤਾਂ ਰੱਬ ਦਾ ਪੁੱਤਰ ਹੈ ਰੱਬ ਦਾ ਗਿਆਨ ਰਬ ਸਮ ਦ੍ਰਿਸ਼ਟੀ ਦਾ ਇੱਕੋ ਜਿਹਾ ਸਭ ਨੂੰ ਮਿਲਣਾ ਚਾਹੀਏ ਮੀ ਸਿੱਧਾ ਸਾਰੇ ਵਸਦਾ ਹੈ ਕਿਸੇ ਗੁਰੂ અવਤਾਰ ਦੇ ਜ਼ਰੀਏ ਨਹੀਂ ਲੱਭਦਾ ਕਿਉਂ ਉਸ ਦਾ ਗਿਆਨ ਮੀ ਵਾਂਗ ਨਹੀਂ ਵਸਦਾ ਕਿਉ ਮੈਂ ਵਿਰਵਾ ਹਾਂ ਤੇ ਗੁਰੂ ਨਾਨਕ ਸਰਬਾ ਬਾਬਾ ਗੰਬੀਰ ਤੁਾਨੀ ਹੋ ਕੇ ਮੀ ਵਰਦਾ ਹੈ ਸਾਰੇ ਪਰ ਰੇਤ ਥਲੇ ਪਿਆ ਰੇਤ ਥਲਾ ਜੂਰ ਜਾਂਦਾ ਹੈ ਨਾ ਬ੍ਰਿਛ ਨਾ ਸਬਜ਼ੀ ਪੈਦਾ ਕਰਦਾ ਹੈ ਧੁੱਪ ਪਈ ਤਾਂ ਸੜਦਾ ਤੇ ਸਾੜਦਾ ਹੈ ਮੀ ਪੈਂਦਾ ਹੈ ਕਲਰ ਵਿੱਚ ਤੇ ਕੋਈ ਕਾਜ ਨਹੀਂ ਸਵਰਦਾ ਵੀ ਪਾਓ ਤਾਂ ਸੜ ਜਾਂਦਾ ਹੈ ਮੀ ਪੈਂਦਾ ਹੈ ਸਮੁੰਦਰਾਂ ਤੇ ਜਿੱਥੇ ਅੱਗੇ ਹੀ ਜਲ ਅਸਗਾਹ ਹੈ ਹਾਂ ਮੀ ਪੈਂਦਾ ਹੈ ਪर्वਤਾਂ ਤੇ ਜੋ ਜਿਉਰ ਜਾਂਦੇ ਹਨ ਤੇ ਫਿਰ ਚਸ਼ਮੀਆਂ ਤੇ ਝਰਨੀਆਂ ਥਾਣੀ ਕੱਢਦੇ ਹਨ ਲਗਾਤਾਰ ਰੌਣ ਜਾਰੀ ਕਰਕੇ ਮੈਦਾਨਾਂ ਨੂੰ ਟੋੜਦੇ ਹਨ ਉਸ ਰੌਣ ਨਾਲ ਖੇਤ ਬਾਗ ਮਲ ਗੁਜ਼ਾਰਾ ਹੁੰਦੀਆਂ ਸ਼ਹਿਰ ਵਸਦੇ ਤੇ ਜਗਤ ਵਰਸਾਉਂਦਾ ਹੈ ਤਿਵੇਂ ਵਾਹਿਗੁਰੂ ਦੇ ਗਿਆਨ ਦਾ ਨਿਜਰ ਧਾਰ ਮੀ ਵਸ ਰਿਹਾ ਹੈ हर छिन्न हर कड़ी सारे हाँ सारे दिलों से लगातार उस दाते दे दान ज्ञान दी वरखा हो रही है पापी दे दिल से भी टंकार उस दी वजदी है पर दिल टूट चुका है अगों धुन तो नहीं उठती डाकू दे दिल से भी इस इलहाम की रौदा रुमका वजदा है पर दिल से बुद्धि सख्त हो चुके हैं उसनु प्रतीत नहीं आता ਕਿ ਕੀ ਸ਼ੈ ਮੇਰੇ ਉੱਤੇ ਆ ਕੇ ਮੈਨੂੰ ਛੋਹ ਛੋ ਕੇ ਜਾ ਰਹੀ ਹੈ ਪਾਪਾਂ ਵਿੱਚ ਵੇੜੇ ਮਾਇਆ ਧਾਰੀ ਸ਼ੂਮ ਤੇ ਮੋਹ ਵਿੱਚ ਲੰਪੜ ਦਿਲਾਂ ਤੇ ਵੀ ਇਲਹਾਮ ਦਾ ਇਹ ਨਕਸ਼ਾ ਫਿਰਦਾ ਹੈ ਪਰ ਧਿਆਨ ਹੋਰ ਥੇ ਮਗਨ ਹੈ ਪ੍ਰਤੀਤ ਨਹੀਂ ਹੁੰਦਾ ਕਿ ਕੀ ਹੋ ਗਿਆ ਤੇ ਕੀ ਹੋ ਰਿਹਾ ਹੈ ਹੰਕਾਰੀ ਦਿਲਾਂ ਤੇ ਪੈਂਦਾ ਹੈ ਪਰ ਟਿਬਿਆਂ ਤੇ ਪਏ ਮੀਂਹ ਵਾਂਗ ਰੁੜ ਜਾਂਦਾ ਹੈ ਕੌਣ ਹੈ ਜਿਸ ਤੇ ਇਲਹਾਮ ਨਹੀਂ ਉਤਰਦਾ ਰੱਬੀ ਇਲਹਾਮ ਰੱਬੀ ਗਿਆਨ ਮੀ ਵਾਂਗ ਮੰਦੇ ਮੰਡਲਾਂ ਉੱਤੇ ਸਦਾ ਉਤਰਦਾ ਹੈ ਪਰ ਫਲਵਾਨ ਨਿਰ ਉੱਥੇ ਹੈ ਜਿੱਥੇ ਦਿਲ ਸਾਫ਼ ਹੈ ਧਿਆਨ ਵਾਹਿਗੁਰੂ ਬੰਨੇ ਹੈ ਮਨ ਮੈਦਾਨ ਹੋ ਰਿਹਾ ਹੈ ਤੇ ਪਿਆਰੇ ਵਾਹਿਗੁਰੂ ਦੇ ਗਿਆਨ ਦੀ ਗੂੰਜਾਰ ਸੁਣਨ ਵਾਸਤੇ ਦਿਲ ਖਿੱਚ ਵਿੱਚ ਹੈ ਹਾਂ ਜੋ ਸਦਾ ਉਢੀਕ ਵਿੱਚ ਹੈ ਸਦਾ ਆਸਾ ਵਿੱਚ ਹੈ ਤਾਂਗਾ ਸਿੱਕਾ ਤੇ ਸਦਰਾਂ ਵਿੱਚ ਹੈ ਹਾਂ ਜਿਸ ਦਾ ਮਨ ਬਲੋਰ ਵਾਂਗ ਨਿਰਮਲ ਹੈ ਤੇ ਦੁਈ ਦਾ ਅਸਰ ਲੈਣੋਂ ਬਚਾਓ ਕਰਦਾ ਹੈ ਉਸ ਮਨ ਉਤੇ ਨਿਰੋਲ ਗਿਆਨ ਕਹੋ ਜਾਂ ਨਿਰੋਲ ਇਲਹਾਮ ਕਹੋ ਆਪਣਾ ਜਲ ਜਲੋ ਦਿੰਦਾ ਹੈ ਆਪਣੀ ਅਸਲੀ ਮੂਰਤ ਪਾਉਂਦਾ ਹੈ ਜੇ ਉਹ ਦਿਲ ਮੂਲੋਂ ਸ਼ੁੱਧ ਹੈ ਧਰੋਂ ਹੀ ਸ਼ੁੱਧ ਆਇਆ ਹੈ ਜਿਸ ਉਤੇ ਮਾਇਆ ਕੇ ਹਾਉ ਅਸਰ ਨਹੀਂ ਪਾ ਸਕੀ ਉਹ ਹੈ ਦਿਲ ਗੁਰੂ ਨਾਨਕ ਦੇਵ ਜੀ ਦਾ ਉਹ ਮੂਲੋਂ ਨਿਰਮਲ ਦਿਲ ਅੱਗੋਂ ਉਸ ਗਿਆਨ ਨੂੰ ਨਿਰਮਲਤਾਈ ਵਿੱਚ ਰੱਖ ਕੇ ਸਾਡੀ ਬੁੱਧੀ ਗੋਚਰਾ ਸਾਡੀ ਸਮਝ ਜੋ ਕਰਕੇ ਸਾਨੂੰ ਦੇ ਦਿੰਦਾ ਹੈ ਇਸ ਕਰਕੇ ਸਾਨੂੰ ਲੋੜ ਹੈ ਐਸੇ ਮੂਲੋਂ ਨਿਰਮਲ ਅੰਦਰ ਵਾਲੇ ਮਹਾਪੁਰਖ ਦੀ ਤੇ ਸਭ ਤੋਂ ਉੱਚੇ ਸੁੱਚੇ ਸਭ ਤੋਂ ਨਿਰਮਲ ਅੰਦਰ ਵਾਲੇ ਗੁਰੂ ਅਵਤਾਰ ਦੀ ਸੋ ਤੁਸੀਂ ਸਮਝ ਲੀਤਾ ਹੋ ਕਿ ਸਾਨੂੰ ਲੋੜ ਹੈ ਐਸੇ ਸੁਥਰੇ ਦਿਲਾਂ ਦੀ ਜੋ ਪਹਿਲਾ ਸੁੱਤੇ ਹੀ ਧੁਰੋਂ ਸਵਛ ਹੋਣ ਜਾਂ ਦੂਸਰਾ ਯਤਨ ਨਾਲ ਹੋ ਜਾ। ਪਹਿਲੀ ਕਿਸਮ ਦੇ ਮਹਾਪੁਰਖ ਹਨ અવਤਾਰ ਜੋ ਧੁਰੋਂ ਆਉਂਦੇ ਹਨ ਤੇ ਜਿਨ੍ਹਾਂ ਦੇ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਹਨ। ਕਿਉਂਕਿ ਉਹ ਗੁਰੂ ਜੋਤਿ ਆਪ ਹਨ। ਬਾਕੀ ਦੇ અવਤਾਰ ਆਦਿ ਗੁਰੂ ਜੋਤੀ ਦੇ ਚਾਨਣੇ ਵਿੱਚ ਕੰਮ ਕਰਦੇ ਰਹੇ ਹਨ। ਦੂਸਰੇ ਹਨ ਭਗਤ ਜਨ। ਇਹ ਉਹ ਲੋਕ ਹਨ ਜੋ ਜੀਵਨ ਵਿੱਚੋਂ ਸਾਧਨ ਤੇ ਭਗਤੀ ਕਰ ਕਰਕੇ ਨਿਰਮਲ ਹੋ ਕੇ ਵਾਹਿਗੁਰੂ ਦੇ ਨੂਰ ਨਾਲ ਸ਼ੁੱਧ ਅਨubhav ਨੂੰ ਆਪਣੇ ਮੁਸਾਫਿਰ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ